ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਪਾਲ ਚਨ ਨਿਸ਼ਾਨ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਸਮੇਂ ਦੀ ਗੱਲ ਕਰਦੇ ਹਾਂ ਸਭ ਤੋਂ ਚਰਚਿਤ ਹਤਿਆਰ ਕਾਂਡ ਸਿੱਧੂ ਮੂਸੇਵਾਲੇ ਦਾ ਕੰਡ ਜੋ ਕਿ ਇਸ ਸਮੇਂ ਚੱਚਾ ਦਾ ਕੇਂਦਰ ਬਣਿਆ ਹੋਇਆ ਤੇ ਉਹਨਾਂ ਦਾ ਮੁੱਖ ਦੋਸ਼ੀ ਉਹਨਾਂ ਦੇ ਹਤਿਆ ਦਾ ਮੁੱਖ ਦੋਸ਼ੀ ਲਾਲਨ ਸੁਖਨੋਈ ਨੂੰ ਸਮਝਿਆ ਜਾ ਰਿਹਾ ਜੋ ਕਿ ਗੈਂਗਸਟਰ ਨੇ ਤੇ ਹੁਣ ਪੂਰਾ ਮਸਲਾ ਉਥੇ ਪាក់ਿਆ ਹੈ ਪਰੰਤੂ ਲਾਲਨ ਸੁਖਨੋਈ ਦੇ ਪਿਤਾ ਨੇ ਉਹ ਸੁਪਰੀਮ ਕੋਰਟ ਦਾ ਰੋਕ ਕੇ ਸੁਪਰੀਮ ਕੋਰਟ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਸਿੱਧੇ ਰੂਪ ਵਿੱਚ ਘੇਰਦਿਆਂ ਪੰਜਾਬ ਪੁਲਿਸ ਨੂੰ ਵੀ ਘੇਰਦਿਆਂ ਕਈ ਸਵਾਲ ਖੜੇ ਕਰ ਦਿੱਤੇ ਨੇ ਲਾਲਨਸ਼ ਵਿਸ਼ਨੋਈ ਦੇ ਪਿਤਾ ਨੇ ਆਪਣੀ ਪਟੀਸ਼ਨ ਵਿੱਚ ਸਾਫ਼ ਸ਼ਬਦਾਂ ਵਿੱਚ ਕਹਿ ਰਿਹਾ ਕਿ ਜਿਹੜਾ ਠਾਂ ਜਿੱਟ ਰਿਮਾਂਡ ਸੀ ਪੰਜਾਬ ਪੁਲਿਸ ਵੱਲੋਂ ਨਿੱਤਾ ਗਿਆ ਉਹ ਗਲਤ ਸੀ ਕਿਉਂਕਿ ਦਿੱਲੀ ਵਿੱਚ ਉਹਨਾਂ ਦਾ ਮਾਮਲਾ ਚੱਲ ਰਿਹਾ ਸੀ ਫਿਲਹਾਲ ਜਿਹੜਾ ਇਹ ਟ੍ਰਾਂਜੈਂਟ ਮਾਮਲਾ ਲਿੱਤਾ ਉਸ ਤੇ ਵੀ ਉਸ ਤੇ ਜੋ ਸ਼ਰਤਾਂ ਮੰਨ ਕੇ ਰਮਾਣ ਲੇਤਾ ਗਿਆ ਸੀ ਲਾਂਸ ਸੁਸ਼ਨੋਈ ਦਾ ਉਹ ਤੇ ਪੰਜਾਬ ਸਰਕਾਰ ਗੰਭੀਰ ਨਹੀਂ ਉਹਨਾਂ ਨੇ ਆਪਣੀ ਅਰਜੀ ਵਿੱਚ ਇਹ ਵੀ ਲਿਖਿਆ ਕਿ ਉਹਨਾਂ ਦੇ ਪੁੱਤ ਨੂੰ ਤੰਗ ਕਰਨ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਲਾਂਸ ਸੁਸ਼ਨੋਈ ਹੈ ਉਸ ਨੂੰ ਤੰਗ ਕੀਤਾ ਜਾ ਰਿਹਾ ਉਸ ਤੇ ਟਾਰਚਰ ਕੀਤਾ ਜਾ ਰਿਹਾ ਹੈ ਤ ਉਸ ਨੂੰ ਸਿੱਧੇ ਰੂਪ ਵਿੱਚ ਦੋਸ਼ੀ ਬਣਾਉਣ ਲਈ ਪੂਰੀ ਪ੍ਰਕਿਰਿਆ ਇੱਕਦਮ ਸਖਤ ਨਜ਼ਰ ਆ ਰਹੀ ਹੈ ਉਸ ਨੂੰ ਦੋਸ਼ੀ ਬਣਾਉਣ ਲਈ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਇੱਕ ਛੜਜੰਤਰ ਰਚਿਆ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਨੂੰ ਇਨਸਾਫ ਦੀ ਲੋੜ ਹੈ ਤੇ ਨਾਲ-ਨਾਲ ਮਾਨਸਾ ਦੇ ਵਕੀਲਾਂ ਪ੍ਰਤੀ ਵੀ ਉਹਨਾਂ ਨੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਬਾਅਦ ਹੁਣ ਲਾਂਸ ਵਿਸ਼ਨੂ ਇਹ ਦਾ ਮਾਮਲੇ 'ਚ ਕੋਈ ਵੀ ਮਾਨਸਾ ਦਾ ਵਕੀਲ ਖੜਾ ਨਹੀਂ ਹੈ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਲਾਂਸ ਵਿਸ਼ਨੂ ਜਾਂ ਹੋਰ ਕਿਸੇ ਦੋਸ਼ੀ ਦੇ ਖਿਲਾਫ ਨਹੀਂ ਲੜਨਗੇ ਜਦਕਿ ਲਾਂਸ ਵਿਸ਼ਨੂ ਹੀ ਦੋਸ਼ੀ ਨਹੀਂ ਹੈ ਤੇ ਉਸ ਨੂੰ ਇਨਸਾਫ ਮਿਲਣ ਲਈ ਵਕੀਲਾਂ ਦੀ ਜ਼ਰੂਰਤ ਹੈ ਪਰੰਤੂ ਮਾਨਸਾ ਦੇ ਵਕੀਲ ਇਸ ਮਾਮਲੇ ਵਿੱਚ ਪਹਿਲਾਂ ਹੀ ਨਾਂ ਕਰ ਚੁੱਕੇ ਨੇ ਜਿਸ ਤੋਂ ਬਾਅਦ ਲਾਰੈਂਸ ਵਿਸ਼ਨੋਈ ਨੂੰ ਇਨਸਾਫ ਨਹੀਂ ਮਿਲਦਾ ਜਾ ਰਿਹਾ ਨਾ ਹੀ ਮਿਲਣ ਦੀ ਆਸ ਹੈ ਕਿਉਂਕਿ ਜੇ ਇਨਸਾਫ ਮਿਲਦਾ ਤਾਂ ਕੋਰਟ ਨਹੀਂ ਮਿਲਦਾ ਜੇ ਕੋਰਟ 'ਚ ਵਕੀਲ ਹੀ ਨਹੀਂ ਖੜੇ ਹੋਣਗੇ ਤਾਂ ਲਾਰੈਂਸ ਵਿਸ਼ਨੋਈ ਦੀ ਕੌਣ ਸੁਨੇਗਾ ਪਿਤਾ ਨੇ ਲਾਰੈਂਸ ਵਿਸ਼ਨੋਈ ਨੇ ਪਿਤਾ ਨੇ ਗੋਹਾਰ ਲਾਂਦੇ ਸੁਪਰੀਮ ਕੋਰਟ ਨੂੰ ਕਿਹਾ ਕਿ ਸਾਡੀ ਮਜਬੂਰੀ ਸੁਪਰੀਮ ਕੋਰਟ ਵਿਚ ਆਉਣਾ ਇਸ ਲਈ ਹੈ ਕਿ ਲਾਰੈਂਸ ਵਿਸ਼ਨੋਈ ਨੂੰ ਇਨਸਾਫ ਮਿਲੇ ਕਿਉਂਕਿ ਪੰਜਾਬ ਅੰਦਰ ਉਹਨਾਂ ਦੇ ਹੱਕ ਵਿੱਚ ਕੋਈ ਵਕੀਲ ਖੜਾ ਹੀ ਨਹੀਂ ਹੋ ਰਿਹਾ ਉਹਨਾਂ ਦਾ ਪੱਖ ਨਾ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਨਾ ਪੁਲਿਸ ਕਰਨ ਦੇ ਰਹੀ ਹੈ ਉਹਨਾਂ ਨੇ ਸਿੱਧੀ ਤਰ੍ਹਾਂ ਇਸ ਨੂੰ ਲੋਕਤੰਤਰ ਤੇ ਇੱਕ ਚੁਣੌਤੀ ਘਰਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਲਾਰੈਂਸ ਵਿਸ਼ਨੋਈ ਨੂੰ ਫਸਾਉਣ ਦਾ ਟੰਗ ਪੰਜਾਬ ਪੁਲਿਸ ਹਰ ਹਿੱਲੇ ਵਰਤ ਰਹੀ ਹੈ ਤੇ ਨਾਲ ਨਾਲ ਤੁਹਾਨੂੰ ਦੱਸਦੀ ਹੈ ਕਿ ਲਾਲ ਸੁਸ਼ਨੋਈ ਦੇ ਪਿਤਾ ਦਾ ਗੁੱਸਾ ਇਹ ਵੀ ਹੈ ਕਿ ਉਹਨਾਂ ਦੇ ਪਿਤਾ ਮਤਲਬ ਉਹਨਾਂ ਦੇ بیٹے ਨੂੰ ਪੰਜਾਬ ਪੁਲਿਸ ਟਾਰਚਰ 3 ਡਿਗਰੀ ਚ ਟਾਰਚਰ ਦੇ ਰਹੀ ਹੈ ਤੇ ਉਸ ਦੀ ਗਵਾਨ ਹਾਈ ਕੋਰਟ ਵੀ ਨਹੀਂ ਸੁਣੀ ਗਈ ਜਿਸ ਕਰਕੇ ਉਹਨਾਂ ਦੀ ਮਜਬੂਰੀ ਹੈ ਕਿ ਉਹ ਸੁਪਰੀਮ ਕੋਰਟ ਦਾ ਰਾਹ ਕਰੇ ਤੇ ਰਾਵੀ ਕੀਤਾ ਹੁਣ ਦੇਖਦੇ ਆ ਪਟੀਸ਼ਨ ਸਰਕਾਰ ਹੁੰਦੀ ਹੈ ਜਾਂ ਨਹੀਂ ਫਿਲਹਾਲ ਇਨਾ ਜ਼ਰੂਰ ਹੈ ਕਿ ਲਾਂਸ਼ ਉਸਨੋਈ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਦਸਤਾਕ ਦੇ ਕੇ ਚੁਣੌਤੀ ਦਿੱਤੀ ਹੈ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲੇ ਦੀ ਕਾਰਵਾਈ ਨੂੰ ਜਿਸ ਉਸ ਲਾਂਸ਼ ਉਸਨੋਈ ਦੇਸ਼ ਮੂਲਯਤ ਨੂੰ ਲੈ ਕੇ ਜੋ ਕੇਸ ਤਿਆਰ ਕੀਤਾ ਜਾ ਰਿਹਾ ਉਸ ਨੂੰ ਚੁਣੌਤੀ ਦਿੱਤੀ ਹੈ ਲਾਸ ਵਿਸ਼ਨੋਈ ਦੇ ਪਿਤਾ ਨੇ ਉਹ ਵੀ ਸੁਪਰੀਮ ਕੋਰਟ ਚ ਹੁਣ ਦੇਖਦੇ ਆ ਸੁਪਰੀਮ ਕੋਰਟ ਇਸ ਪਟੀਸ਼ਨ ਤੇ ਕੀ ਫੈਸਲਾ ਲੈਂਦਾ ਤਦ ਤੱਕ ਮੰਨੂ ਦਿਓ ਜਾਏ ਤੁਸੀਂ ਦੇਖਦੇ ਰਹੋ ਚਨੁਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ